ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ। ਸੋ ਮੁਲਾਜ਼ਮਾਂ ਅਤੇ ਪੈਨਸ਼ਨਸ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ। ਸੋ ਕੇਸ ਵਿਭਾਗ ਦੇ ਮੁਲਾਜ਼ਮਾਂ ਦੀ ਗੱਲ ਹੋਈ ਹੈ, ਇਸ ਆਪਾਂ ਇਸ ਨਿਊਜ਼ ਦੇ ਵਿੱਚ ਡਿਸਕਸ ਕਰਾਂਗੇ। ਪਿਛਲੇ 8 ਮਹੀਨਿਆਂ ਤੋਂ ਮੁਲਾਜ਼ਮਾਂ ਦੀਆਂ ਸਰਵਿਸ ਬੁੱਕਾਂ ਦੇ ਕੇਸ ਰੁਕਣ ਕਾਰਨ ਉਹ ਪਾਵਰ ਕੌਮ ਦੀ ਡਿਵੀਜ਼ਨ ਬਾਅਦ ਲੱਗੇ ਧਰਨੇ ਲਗਾਉਣ ਲਈ ਮਜਬੂਰ ਹਨ। ਮੰਡਲ ਵਿੱਚ ਸਰਵਿਸ ਬੁੱਕਾਂ ਦਾ ਕੰਮ 14 ਨਵੰਬਰ 2023 ਤੋਂ ਰੁਕਿਆ ਪਿਆ ਹੈ। ਮੰਡਲ ਬਾਦਲ ਦੇ ਕਰੀਬ 4 ਦਰਜਨ ਮੌਜੂਦਾ ਅਤੇ ਸੇਵਾ ਮੁਕਤ ਮੁਲਾਜ਼ਮ ਵਿੱਤੀ ਲਾਭ ਨਾ ਲੈਣ ਕਾਰਨ ਪਰੇਸ਼ਾਨ ਹਨ। ਸੁਣਵਾਈ ਨਾ ਹੋਣ 'ਤੇ ਤਪਾ ਬਿਜਲੀ ਅਮਲੇ ਨੇ ਅੱਜ ਸਾਂਝਾ ਸੰਘਰਸ਼ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਸੀਨੀਅਰ ਕਾਰਜਕਾਰੀ ਇੰਜੀਨੀਅਰ ਦਫ਼ਤਰ ਮੰਡਲ ਬਾਦਲ ਵਿਖੇ ਧਰਨਾ ਦਿੱਤਾ। ਕਮੇਟੀ ਪ੍ਰਧਾਨ ਸਤਪਾਲ, ਸਕੱਤਰ ਸ਼ਸ਼ਾਂਤ, ਪੈਨਸ਼ਨਰਸ ਐਸੋਸੀਏਸ਼ਨ ਪ੍ਰਧਾਨ ਸੁੰਦਰਪਾਲ, ਦਿਲਾਵਰ ਸਿੰਘ, ਨਤੀਸ਼ ਕੁਮਾਰ, ਰਕੇਸ਼ ਕੁਮਾਰ, ਜੇਈ ਐਸੋਸੀਏਸ਼ਨ ਦੇ ਆਗੂ ਗੁਰਲਾਭ ਸਿੰਘ ਦਾ ਕਹਿਣਾ ਹੈ ਕਿ ਕਰੀਬ 8 ਮਹੀਨੇ ਤੋਂ ਸਰਵਿਸ ਬੈਂਕ ਨਾਲ ਸੰਬੰਧਿਤ ਕੇਸ ਰੁਕੇ ਹੋਏ ਹਨ। ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਸੀਨੀਅਰ ਕਾਰਜਕਾਲੀ ਇੰਜੀਨੀਅਰਿੰਗ ਵੱਲੋਂ ਮੰਗਾਂ ਨੂੰ ਲਮਕਾਇਆ ਜਾ ਰਿਹਾ ਹੈ। ਦੂਜੇ ਪਾਸੇ ਸੀਨੀਅਰ ਕਾਰਜਕਾਲੀ ਇੰਜੀਨੀਅਰਿੰਗ ਜੋਧਵੀਰ ਸਿੰਘ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੀ ਮੰਗ ਜਾਇਜ਼ ਹਨ, ਉਹਨਾਂ ਦੇ ਵਿੱਤੀ ਲਾਭ ਰੁਕੇ ਹੋਏ ਹਨ। ਮੰਡਲ ਲੇਖਾਕਾਰ ਸਰਵਿਸ ਬੁੱਕਾਂ ਬਾਰੇ ਆਖਦੇ ਹਨ, ਇਹ ਕੰਮ ਸੁਪਰਡੈਂਟ ਦਾ ਹੈ। ਸੋ ਇਹ ਸੀ ਜੀ ਪਾਵਰਕੌਮ ਅਤੇ ਨਾਲ ਦੀਆਂ ਜਿਹੜੀਆਂ ਉਹਨਾਂ ਦੀਆਂ ਡਿਵੀਜ਼ਨ ਬਾਦਲ ਅੱਗੇ ਜੋ ਧਰਨੇ ਲਗਾਉਣ ਲਈ ਉਹ ਮਜਬੂਰ ਹਨ, ਉਹਨਾਂ ਦੀਆਂ ਸਰਵਿਸ ਬੁੱਕਾਂ ਦੇ ਕੇਸ ਜਿਹੜੇ ਰੁਕੇ ਹੋਏ ਹਨ ਉਹਨਾਂ ਦੇ ਨਾਲ ਸੰਬੰਧਿਤ ਇਹ ਜਾਣਕਾਰੀ ਸੀ। ਅਤੇ ਨਾਲ ਹੀ ਉਹਨਾਂ ਦੇ ਵਿੱਤੀ ਜੋ ਲਾਭ ਉਹਨਾਂ ਨੂੰ ਪ੍ਰਾਪਤ ਨਹੀਂ ਹੋ ਰਹੇ ਉਸ ਦੇ ਸੰਬੰਧ ਵਿੱਚ ਵੀ ਕਮੇਟੀ ਪ੍ਰਧਾਨ, ਇਸ ਦੇ ਵਿੱਚ ਪੈਨਸ਼ਨਰਸ ਐਸੋਸੀਏਸ਼ਨ ਨੇ ਵੀ ਉਹਨਾਂ ਦਾ ਸਾਥ ਦਿੱਤਾ, ਤਾਂ ਉਹਨਾਂ ਵੱਲੋਂ ਇਸ ਦਾ ਜਿਹੜਾ ਦੋਸ਼ ਲਗਾਇਆ ਗਿਆ ਕਿ ਉਹਨਾਂ ਦੀਆਂ ਮੰਗਾਂ ਨੂੰ ਲੰਬੇ ਸਮੇਂ ਤੱਕ ਸਰਕਾਰਾਂ ਵੱਲੋਂ ਵਿਭਾਗਾਂ ਵੱਲੋਂ ਲਟਕਾਇਆ ਜਾਂਦਾ ਹੈ ਜਿਨ੍ਹਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇ। ਸੋ ਇਹ ਸੀ ਜੀ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਅਪਡੇਟ। ਸੋ ਇਸੇ ਤਰ੍ਹਾਂ ਮੁਲਾਜ਼ਮਾਂ ਅਤੇ ਪੈਨਸ਼ਨਸ ਦੀ ਹਰ ਤਰ੍ਹਾਂ ਦੀ ਅਪਡੇਟ, ਹਰ ਵਿਭਾਗ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਆਪਣੇ ਮੁਲਾਜ਼ਮ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਤੁਸੀਂ ਪ੍ਰਾਪਤ ਕਰ ਸਕੋ। ਧੰਨਵਾਦ ਜੀ।